ਅਕਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਅਤੇ ਪਾਵਨ ਗੋਦ ਵਿੱਚ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਨੂੰ ਸ਼ਰਧਾ ਦੇ ਕਰਨ ਵਾਸਤੇ ਅੰਤਮ ਅਰਦਾਸ ਦੇ ਮੌਕੇ ਹਾਜ਼ਰ ਹੋਈ ਗੁਰੂ ਮੇਰੀ ਗੁਰੂ ਰੂਪੀ ਸਾਧ ਸਿੰਘ ਜੀ ਸਤਿਕਾਰ ਨਾਲ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਮਹਿਸੂਸ ਕਰਦਾ ਸਾਂ ਕਿ ਮੇਰੇ ਤੋਂ ਪਹਿਲਾਂ ਬੋਲਦੇ ਬੁਲਾਰੇ ਸਾਹਿਬਾਨਾਂ ਨੇ ਸਤਿਕਾਰਯੋਗ ਬਾਪੂ ਜੀ ਬਾਰੇ, ਉਹਨਾਂ ਦੀ ਸ਼ਖਸੀਅਤ ਬਾਰੇ ਹਰ ਪੱਖ ਨੂੰ ਛੋ ਕੇ ਸਾਰੇ ਪੱਖ ਤੁਹਾਡੇ ਅੱਗੇ ਰੱਖੇ। ਮੇਰਾ ਅਤੇ ਬਾਪੂ ਜੀ ਦੀ ਉਮਰ ਦਾ ਬਹੁਤ ਜ਼ਿਆਦਾ ਅੰਤਰ ਹੈ, ਮਗਰ ਮੈਂ ਮਹਿਸੂਸ ਕਰਦਾ ਕਿ ਮੇਰੇ ਵਰਗਾ ਨਿਮਾਣਾ ਨਾ ਚੀਜ਼ ਇਨਸਾਨ ਨੂੰ ਜਦੋਂ ਏਡੀ ਬਹੁਪੱਖੀ ਸ਼ਖਸੀਅਤ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਬੋਲਿਆ ਜਾਵੇ ਤੇ ਮੇਰੇ ਲੱਤਾਂ ਵੀ ਕੰਮ ਉੱਠਦੀਆਂ ਨੇ ਕੀ ਮੈਂ ਜਸਟਿਸ ਕਰ ਸਕਾਂਗਾ ਕਿ ਨਹੀਂ। ਸਾਰਿਆਂ ਦੀ ਗੱਲਾਂ ਸੁਣਨ ਤੋਂ ਬਾਅਦ ਤੇ ਜਿੰਨਾ ਮੈਂ ਮਿਲਿਆ, ਅਸੀਂ ਕਹਿ ਸਕਦੇ ਹੀ ਵੋਜ਼ ਅ ਮਲਟੀ ਫੈਸਿਟਡ ਪਰਸਨੈਲਿਟੀ, ਬਹੁਪੱਖੀ ਸ਼ਖਸੀਅਤ ਸਨ। ਇਨਸਾਨ ਨੇ ਸਭ ਨੇ ਚਲੇ ਜਾਣਾ, ਕਈ ਸਾਡੇ ਮੇਰੇ ਵਰਗੇ ਵੀਰ ਇੱਥੇ ਬੈਠੇ ਆ, ਉਹਨਾਂ ਨੇ ਫੈਸਲਾ ਵੀ ਸੁਣਾਤਾ ਕਿ ਉਹਨਾਂ ਦਾ ਗੁਰੂ ਦੇ ਚਰਨਾਂ 'ਚ ਉਹਨਾਂ ਨੂੰ ਜਗ੍ਹਾ ਮਿਲੂਗੀ, ਮੇਰਾ ਵੀ ਇਹ ਮੰਨਣਾ। ਮਗਰ ਨਾ ਅਸੀਂ ਉਹ ਜਗ੍ਹਾ ਹਾਲੇ ਤੱਕ ਨਾ ਵੇਖੀ ਹੈ, ਜਿਹੜੇ ਇੱਥੇ ਰਹਿੰਦੇ ਆ ਭੁੱਲਣਹਾਰ ਜੀਵ ਆ, ਕਿਹਨੂੰ ਮਿਲਣੀ ਨਹੀਂ ਮਿਲਣੀ ਉਹਦਾ ਫੈਸਲਾ ਉਸ ਮਾਲਕ ਨੇ ਕਰਨਾ। ਮਗਰ ਇੱਥੇ ਰਹਿੰਦਿਆਂ ਜੋ ਉਹ ਜ਼ਿੰਮੇਵਾਰੀ ਨਾਲ ਆਪਦੀ ਜ਼ਿੰਦਗੀ ਨਿਭਾ ਕੇ ਗਏ ਆ, ਮੈਂ ਕਹਿ ਸਕਦਾ ਕਿ ਵਾਕਈ ਇਹ ਜਿਹਾ ਇਨਸਾਨ ਇੱਥੇ ਸਵਰਗਾਂ 'ਚ ਵਾਸਾ ਆਪਦਾ ਕਰਕੇ ਗਏ ਆ। ਵੇਖੋ, ਜਨਮ ਸਭ ਦਾ ਹੁੰਦਾ, ਚਲੇ ਸਭ ਨੇ ਜਾਣਾ, ਮਗਰ ਚਾਰ ਚੀਜ਼ਾਂ ਨੂੰ ਆਪਦੇ ਪੱਲੇ ਬੰਨ ਕੇ ਅੱਗੇ ਪਰਿਵਾਰ ਨੂੰ ਜੋ ਦੇ ਕੇ ਗਏ ਆ, ਕਿ ਧਰਮ ਨਾਲ ਪੱਕਾ, ਪੰਥ ਪ੍ਰਤੀ ਪੱਕਾ। ਇਹ ਪੰਜਾਬ ਦੀ ਧਰਤੀ ਜਿਹੜੀ ਖੇਤੀ ਪ੍ਰਧਾਨ ਸੂਬਾ, ਐਗਰੀਕਲਚਰ ਨੂੰ ਸਮਰਪਿਤ, ਤੇ ਫਿਰ ਵੱਡੀ ਗੱਲ ਹੈ ਕਿ ਵਿਦਿਅਕ ਨੂੰ, ਵਿਦਿਆ ਨੂੰ ਏਡੀ ਤਰਜੀਹ ਦੇਣੀ, ਤੇ ਜਿਹੜਾ ਇਨਸਾਨ ਇਹ ਚਾਰ ਚੀਜ਼ਾਂ ਦਾ ਪਹਿਰਾ ਦੇ ਜੇ, ਮੈਂ ਸਮਝਦਾ ਉਹ ਸਾਡੀ ਵਰਗੀ ਆਉਣ ਵਾਲੀ ਪੀੜ੍ਹੀ ਨੂੰ ਬਹੁਤ ਵੱਡਾ ਸੰਦੇਸ਼ਾ ਦੇ ਜਾਂਦੇ। ਇਸ ਲਈ ਮੈਂ ਉਹਨਾਂ ਨੂੰ ਤਾਂ ਇੰਨਾ ਨਹੀਂ ਮਿਲਿਆ, ਆਪਦੀ ਗੱਲ ਜਦ ਵੀ ਉਹਨਾਂ ਨੇ ਕਰਨੀ, ਸਪਸ਼ਟ ਕਰਨੀ, ਖੁੱਲ ਦਿਲੀ ਨਾਲ ਕਰਨੀ, ਕੋਈ ਮਨ 'ਚ ਕਿਸੇ ਤਰੀਕੇ ਦਾ ਡਰ ਭਾਉ ਨਹੀਂ ਰੱਖਣਾ। ਮੈਂ ਤਾਂ ਉਹਨਾਂ ਦੇ ਉਹ ਪੱਖ ਵੇਖੇ ਸਨ, ਤੇ ਮੈਨੂੰ ਇਸ ਗੱਲ ਦੀ ਬੜੀ ਤਸੱਲੀ ਪਹੁੰਚਦੀ ਹੈ ਜਦੋਂ ਬਰਾੜ ਸਾਹਿਬ ਨੇ ਗੱਲ ਕੀਤੀ ਹੈ। ਮੈਂ ਸਮਝਦਾ ਅਸੀਂ ਸਾਰੇ ਇੱਥੇ ਬੈਠੇ ਹਾਂ, ਸਾਡੀ ਜ਼ਿੰਮੇਵਾਰੀ ਵੀ ਬਣਦੀ ਹੈ, ਕਿਉਂਕਿ ਰੋਜ਼ ਅਰਦਾਸ ਬੇਨਤੀ ਵੇਲੇ ਅਸੀਂ ਉਹਨੇ ਗੁਰੂ ਧਾਮਾਂ ਦੇ ਖੁੱਲ੍ਹੇ ਦਰਸ਼ਨਾਂ ਦੀ ਗੱਲ ਕਰਦੇ ਕਰਦੇ ਜ਼ਰੂਰ ਹਾਂ, ਅਰਦਾਸ 'ਚ ਸ਼ਾਮਿਲ ਵੀ ਹੁੰਦੇ ਹਾਂ, ਮਗਰ ਪਹਿਰਾ ਜੇ ਉਸ ਅਰਦਾਸ 'ਤੇ ਕਿਸੇ ਨੇ ਦੇਣ ਦਾ ਕੰਮ ਕੀਤਾ, ਤੇ ਮੇਰੇ ਦੇਖਣ 'ਚ ਤਾਂ ਉਹ ਜਹੇਦਾਰ ਵਡਾਲਾ ਸਾਹਿਬ ਨੇ ਕੀਤਾ, ਤੇ ਅੱਜ ਆਪਣੀ ਜ਼ਿੰਮੇਵਾਰੀ ਬਣਦੀ ਹੈ ਕਿ ਪਾਰਟੀ ਪੱਧਰਾਂ ਤੋਂ ਉੱਤੇ ਉੱਠ ਕੇ, ਮੈਨੂੰ ਇਸ ਗੱਲ ਦੀ ਬੜੀ ਤਸੱਲੀ ਹੈ ਕਿ ਹੁਣ ਤੋਂ ਕੁਛ ਦਿਨ ਪਹਿਲਾਂ ਮੀਟਿੰਗ ਹੋਈ ਸੀ ਜੀ 'ਚ ਬ੍ਰਹਮਪੁਰਾ ਸਾਹਿਬ, ਤੇ ਸਾਰੇ ਪ੍ਰਧਾਨ ਮੰਤਰੀ ਸਾਹਿਬ ਕੋਲ ਗਏ ਸਨ,
ਉੱਥੇ ਵੀ ਇਹੀ ਮੰਗ ਰੱਖ ਕੇ ਆਏ ਕਿ 550 ਸਾਲਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਮਨਾਉਣਾ ਤੇ ਕੋਸ਼ਿਸ਼ ਕਰੋ ਕਿ ਸਾਨੂੰ ਇਹ ਲਾਂਘਾ ਪਵਿੱਤਰ ਦਰਸ਼ਨ ਗੁਰੂ ਸਾਹਿਬ ਦੇ ਉਸ ਚਰਨ ਛੋਹ ਪ੍ਰਾਪਤ ਧਰਤੀ ਦੇ ਹੋ ਜਾਣ। ਤੇ ਪ੍ਰਧਾਨ ਮੰਤਰੀ ਸਾਹਿਬ ਨੇ ਜਿੱਥੇ ਵਿਸ਼ਵਾਸ ਵੀ ਦਵਾਇਆ ਤੇ ਉਹਨਾਂ ਨੇ ਇੱਕ ਖਦਸ਼ਾ ਮੁਸ਼ਕਿਲ ਜ਼ਰੂਰ ਜ਼ਾਹਿਰ ਕੀਤੀ, ਉਹਨਾਂ ਨੇ ਗੱਲ ਕਹੀ ਕਿ ਉੱਥੇ ਗੱਲ ਕਿਹਦੇ ਨਾਲ ਕਰਾਂਗੇ, ਪ੍ਰਧਾਨ ਮੰਤਰੀ ਨੌ ਦੀ ਕੋਈ ਚੀਜ਼ ਨਹੀਂ, ਕਿਤੇ ਕੋਈ ਕਹਿੰਦਾ ਆਰਮੀ ਦਾ ਕੰਟਰੋਲ ਹੈ, ਕੋਈ ਕਹਿੰਦਾ ਪ੍ਰਧਾਨ ਮੰਤਰੀ ਦਾ ਕੰਟਰੋਲ ਆ, ਹੁਣ ਕੇਅਰ ਟੇਕਰ ਪ੍ਰਾਈਮ ਮਿਨਿਸਟਰ ਲੱਗਿਆ। ਮਗਰ ਚਲੋ ਇਹ ਚੀਜ਼ਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ, ਮਗਰ ਇਸ ਗੱਲ ਦੀ ਤਸੱਲੀ ਬੜੀ ਹੈ ਕਿ ਸਾਨੂੰ ਉਸ ਗੱਲ ਤੇ ਪਹਿਰਾ ਦੇਣਾ ਚਾਹੀਦਾ। ਮੈਂ ਕਹਿੰਦੇ ਬੋਰ ਥੱਲੇ ਬੋਰ ਉੱਗਦਾ ਨਹੀਂ ਵੇਖਿਆ ਕਿਸੇ ਨੇ, ਮਗਰ ਮੈਂ ਅੱਜ ਕਹਿ ਸਕਦਾ ਗੁਰੂ ਦੀ ਹਾਜ਼ਰੀ ਚ ਕਿ ਬੋਰ ਥੱਲੇ ਬੋਰ ਉੱਗਦਾ ਆਉਣ ਵਾਲੇ ਸਮੇਂ ਚ ਅਸੀਂ ਵੇਖਾਂਗੇ। ਗੁਰਪ੍ਰਤਾਪ ਸਿੰਘ ਜੀ ਵਡਾਲਾ ਸਾਹਿਬ, ਜਿਨ੍ਹਾਂ ਨੂੰ ਜਦ ਵੀ ਮੈਂ ਵੇਖਿਆ ਵਿਧਾਨ ਸਭਾ ਚ ਜਦ ਵੀ ਉੱਠੇ ਆ, ਉਹਨਾਂ ਨੇ ਪੰਜਾਬ ਦੀ ਕਿਸਾਨੀ ਦੀ, ਪੰਜਾਬ ਦੇ ਖੇਤ ਮਜ਼ਦੂਰਾਂ ਦੀ ਆਵਾਜ਼ ਉਠਾਈ ਹੈ। ਉਸੇ ਭਾਵਨਾ ਨੂੰ, ਜਿਸ ਪੰਥਕ ਸੋਚ ਨੂੰ ਲੈ ਕੇ ਅੱਗੇ ਚੱਲੇ ਆ, ਮੇਰੇ ਲਈ ਤਾਂ ਉਹ ਵੀ ਇੱਕ ਚਾਨਣ ਮਰਾਰਾ ਨੇ ਕਿ ਇੱਡੀ ਵਧੀਆ ਤਰੀਕੇ ਨਾਲ ਆਪਦੀ ਜ਼ਿੰਦਗੀ ਬਤੀਤ ਕਰਦੇ। ਗੁਰੂ ਬਖਸ਼ਿਸ਼ ਕਰਨ ਕਿ ਇਸ ਪਰਿਵਾਰ ਨੂੰ, ਪੰਥਕ ਪਰਿਵਾਰ ਨੂੰ ਸੱਚੇ ਪਾਤਸ਼ਾਹ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨ, ਤੇ ਜਹਿਦਾਰ ਸਾਹਿਬ ਦੀ ਯਾਦ ਨੂੰ ਇਹ ਹਮੇਸ਼ਾ ਸਾਡੇ ਮਨਾਂ ਚ ਤਾਜ਼ਾ ਰੱਖਦੇ ਹੋਏ ਸਾਨੂੰ ਵੀ ਇਹ ਪ੍ਰੇਰਨਾ ਮਿਲਦੀ ਰਹੇ ਕਿ ਅਸੀਂ ਜਹਿਦਾਰ ਸਾਹਿਬ ਵਰਗੇ ਕਿਣਕਾ ਹੀ ਬਣ ਜਾਈਏ। ਤੇ ਮੈਂ ਸਮਝਦਾ ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਜਾਣਗੇ। ਜ਼ਿਆਦਾ ਕੁਛ ਨਾ ਕਹਿੰਦਾ ਹੋਇਆ ਮੈਂ ਆਪਣੇ ਸਮੁੱਚੇ ਮਜੀਠੀਆ ਪਰਿਵਾਰ ਵੱਲੋਂ, ਜਿੱਥੇ ਜਹਿਦਾਰ ਸਾਹਿਬ ਨਾਲ ਉਹਨਾਂ ਦੇ ਸਮੁੱਚੇ ਪਰਿਵਾਰ ਨਾਲ ਦੁੱਖ ਵੀ ਸਾਂਝਾ ਕਰਦਾ, ਤੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਹੋਇਆ ਸਾਰਿਆਂ ਨੂੰ ਫਤਿਹ ਅਰਜ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।